ਇਹਦਾ ਟ੍ਰਾਇਲ ਸੀ 2016 ਚ ਅਸੀਂ ਕੀਤਾ ਸੀ 3 ਸਾਲ ਸਾਡੇ ਟ੍ਰਾਇਲ ਤੇ ਨਿਕਲ ਗਏ 16 ਤੋਂ 19 ਤੱਕ ਫਿਰ 19 ਜਿਹਾ ਅੱਧਾ ਏਕੜ ਲਾਇਆ ਫਿਰ 20 ਚ ਲਾਇਆ ਜੀ ਹੁਣ ਅਸੀਂ ਆ ਤੁਹਾਡੇ ਸਾਹਮਣੇ ਹੋਰ ਲਾ ਰਹੇ ਹਾਂ ਜੀ ਸਵਾ ਏਕੜ ਹੁਣ ਸਾਡਾ ਢਾਈ ਹੋ ਜੂ ਤੇ ਸਵਾ ਏਕੜ ਕਿ ਹੋਰ ਆ ਜੀ ਫਿਰ 4 ਏਕੜ ਇਹ ਆਪਣਾ ਹੁਣ ਇੱਕ ਸਾਲ ਚ ਐਸੇ ਜਿਵੇਂ ਮੁਕਮਲ 4 ਦੇਖਿਆ ਹੁਣ ਝਾੜ ਫਿਰ ਕਿਵੇਂ ਨਿਕਲੇਦਾ ਜਿਵੇਂ ਪਹਿਲੇ ਸਾਲ ਆ ਜੀ ਖਾਣ ਪੀਣੇ ਤੋਂ ਗੁਰਾ ਜਾਂਦਾ ਅਜੇ ਤੁਹਾਨੂੰ ਇੱਕ ਬੋਲ ਨਹੀਂਦਾ ਠੀਕ ਹੈ ਜੀ ਦੂਜਾ ਦੂਜੇ ਸਾਲ ਜੀ ਇਹ 3 ਕਿਲੋ 4 ਕਿਲੋ 5 ਕਿਲੋ ਪਰ ਪਹੁੰਚਦਾ ਤੀਜੇ ਸਾਲ ਜੀ 10 ਕਿਲੋ ਤੱਕ ਪਹੁੰਚ ਜਾਂਦਾ ਚੌਥੇ ਸਾਲ ਜੀ ਇਹ ਵੱਧ ਵੱਧ 15 ਤੱਕ ਪਹੁੰਚ ਜਾਂਦਾ 15 ਕਿਲੋ ਤੱਕ ਜੀ ਜਿਬ ਕਨਾਲ ਦੀ ਗੱਲ ਕਰ ਲਈਏ ਕਨਾਲ ਦੇ ਵਿੱਚ ਕਿੰਨੇ ਕੁ ਪੋਲ ਦੇ ਨਾਲ ਆ ਜਿਹੜਾ ਕਿਸਾਨ ਖੇਤੀ ਸ਼ੁਰੂ ਕਰ ਦਿੰਦਾ ਹੈ ਕਨਾਲ ਦੇ ਵਿੱਚ ਕਿੰਨੇ ਪੋਲ ਲੱਗਦੇ ਡ੍ਰੈਗਨ ਦੇ 80 90 ਪੋਲ ਲੱਗ ਜਾਣਗੇ ਇੱਕ ਕਨਾਲ ਦੇ ਵਿੱਚ ਤੇ 850 40 8864 ਠੀਕ ਹੈ ਜੀ 70 ਕੋ 75 ਕਾ ਲੱਗੇਗਾ ਕਿੰਨੇ ਕਾ ਜਾਂਦਾ ਕਨਾਲ ਤੇ ਸ਼ੁਰੂ ਕਰਨਾ ਹਾਂ ਯਾਰ ਤੇ ਸ਼ੁਰੂ ਕਰ ਲੋ ਇੱਕ ਕੋਲ ਦਾ ਬਸ ਸਾਥ ਸਿੱਧੇ ਹੀ ਸਾਹ ਵਾ ਤੂੰ ਇਹ ਲਾਉਣੇ ਹੋ ਤੁਸੀਂ ਬਾਹਣ ਦੇ ਬੱਚਿਆਂ ਇਸ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ ਕੋਈ ਇਹਦੇ ਵਿੱਚ ਖਾਦ ਵੀ ਪਾਉਣੇ ਜਿਵੇਂ ਜੂਰੀਆ ਹੋ ਗਿਆ ਜੀ ਟੀਏਪੀ ਹੋ ਗਿਆ ਪੋਟਾਸ਼ ਹੋ ਗਿਆ ਇੱਕ ਦੋ ਸਾਲ ਤਾਂ ਸਾਨੂੰ ਵਰਤਣੀਆਂ ਪੈਣਗੀਆਂ ਉਸ ਤੋਂ ਬਾਅਦ ਫਿਰ ਅਸੀਂ ਆਰਗੈਨਿਕ ਤਰੀਕੇ ਦੇ ਨਾਲ ਜਿਵੇਂ ਹੁਣ ਮੇਰਾ ਗੋਡੋਏ ਦੇ 30 35 ਬਟਨੇ ਉਹ ਪੌਣਾ ਜੀ ਇਹਦੇ ਵਿੱਚ ਤਿਆਰ ਕਰਕੇ ਜਿਵੇਂ ਆਪਣੀ ਗੋ ਵਰਗਾ ਇਸ ਦੀ ਸੈਲਰੀ ਹੋਗੀ ਜੀ ਉਹ 25 ਹੁੰਦੀ ਹੈ ਰੂੜੀ ਨੂੰ ਪ੍ਰੋਸੈਸ ਕਰ ਇਹ ਆਪਦੇ ਟਾਈਮ ਪੀੜ ਦੇ ਹਿਸਾਬ ਨਾਲ ਜੀ ਮਹੀਨੇ-ਮਹੀਨੇ ਬਾਅਦ ਫੁੱਲ ਫੁੱਲ ਚੱਕੀ ਜਾਂਦਾ ਹਾਲ ਆਈ ਜਾਂਦਾ ਜੀ ਪਹਿਲਾ ਜਿਹੜਾ ਪੂਰਾ ਸਾਡਾ 45 ਦਿਨਾਂ ਚ ਪੱਕਦਾ ਉਸ ਤੋਂ ਬਾਅਦ ਫਿਰ ਮਹੀਨੇ-ਮਹੀਨੇ ਚ ਪੱਕੀ ਜਾਂਦਾ ਉਸ ਹਿਸਾਬ ਨਾਲ ਆਈ ਜਾਂਦਾ ਇਹ ਤਿੰਨ ਤੜਾਈਆਂ ਦਿੰਦਾ ਹੈ ਇੱਕ ਮਹੀਨਾ ਚਾਹੀ ਤਿੰਨ ਦਿਨ ਤੋੜਨਾ ਬਸ ਲਗਾਤਾਰ ਤਿੰਨ ਦਿਨਾਂ ਚ ਸਾਡੀ ਤੜਾਈ ਖਤਮ ਹੋ ਜਾਂਦੀ ਹੈ ਉਦੋਂ ਬਾਅਦ ਜੇ ਫੇਰ ਜਰੂਰ ਦੂਜੇ ਮਹੀਨੇ ਦੇ ਫੇ ਤਿੰਨ ਦਿਨਾਂ ਦੇ ਤਿੰਨ ਦਿਨਾਂ ਇਹਨੂੰ ਫੁੱਲ ਆਉਂਦੇ ਆ ਇੱਕ ਅੱਜ ਆਗੇ ਜੀ ਕੱਲ ਨੂੰ ਆਗੇ ਪਰਸ ਨੂੰ ਉਸੇ ਹਿਸਾਬ ਨਾਲ ਤੜਾਈ ਹੁੰਦੀ ਹੈ ਜੇ ਕਿਸਾਨ ਨੇ ਇੱਕ ਕਨਾਲ ਦਾ ਕੰਮ ਸ਼ੁਰੂ ਕਰਨਾ ਡਰਾਇਗਨ ਦਾ ਥੋੜੇ ਤੋਂ ਪਨੀਰੀ ਮਿਲ ਸਕਦੀ ਹੈ ਹਾਂ ਜੀ ਪਨੀਰੀ ਸਾਤੋਂ ਮਿਲ ਸਕਦੀ ਹੈ ਬੱਕਰਾ ਆ ਸਕਦਾ ਸਾਨੂੰ ਕੋਈ ਵੀ ਕਿਸਾਨ ਉਹਨੂੰ ਪੂਰੀ ਗਾਰਡਨਿੰਗ ਜਿਵੇਂ ਬੂਟੇ ਲਾਉਣੇ ਆ ਕਿਵੇਂ ਥੰਮੇ ਬਣਾਉਣੇ ਉਹਨੂੰ ਸਾਰਾ ਅਸੀਂ ਦੱਸ ਦਿਆਂਗੇ ਵੀ ਇਸ ਤਰ੍ਹਾਂ ਥੰਮੇ ਆ ਬਣਾ ਕੇ ਆਪਣੇ ਫਰਮੇ ਕੰਬੇ ਬਣਾ ਲਓ ਕਿ ਨਾ ਰਾਬਤਾ ਕੰਮ ਕਰ ਰਹਾ ਤਾਂ ਉਥੋਂ ਜਾਣਕਾਰੀ ਲੈਣੀ ਆ ਜਾਂ ਪਨੀਰੀ ਲੈਣੀ ਆ ਤਾਂ ਕਿ ਆਪਣਾ ਨੰਬਰ ਜ਼ਰੂਰ ਬੋਲ ਦੇ ਮੇਰਾ ਨੰਬਰ ਸਾਸ਼ੀ ਗਾਲ ਜੀ ਸਵਾਗਤ ਕਰਦੇ ਆਂ ਪੰਜਾਬ న్యూਸ ਚੈਨਲ ਤੇ ਮੈਂ ਸਿਮਰਜੀਤ ਸਿਧਾਨਾ ਖੇਤੀ ਵਿਭਿੰਨਤਾ ਦੀ ਗੱਲ ਕੀਤੀ ਜਾਂਦੀ ਐ ਅਕਸਰ ਕਿਸਾਨਾਂ ਵੱਲੋਂ ਕਿਹਾ ਜਾਂਦਾ ਰਵੇਤੀ ਫਸਲੀ ਚੱਕਰਾ ਝੋਨਾ ਤੇ ਕਣਕ ਬਹੁਤਾ ਜਿਆਦਾ ਲਾਹੇਮੰਦ ਕਿਤਾ ਨਹੀਂ ਰਿਹਾ ਲੰਬੇ ਸਮੇਂ ਤੋਂ ਜਿਹੜਾ ਖੇਤੀ ਕੀਤੀ ਜਾਂਦੀ ਐ ਕਣਕ ਤੇ ਝੋਨੇ ਦੀ ਪਰ ਕਿਸਾਨਾਂ ਦਾ ਕਹਿਣਾ ਕਿ ਬਹੁਤਾ ਲਾਹੇਮੰਦ ਨਹੀਂ ਰਹੀ ਖੇਤੀ ਵਿਭਿੰਨਤਾ ਦੀ ਗੱਲ ਕੀਤੀ ਜਾਂਦੀ ਐ ਕਿਸਾਨਾਂ ਵੱਲੋਂ ਬਹੁਤੇ ਥੋੜੇ ਕਿਸਾਨ ਜਿਹੜੇ ਖੇਤੀ ਵਿਭਿੰਨਤਾ ਵਾਲੇ ਪਾਸੇ ਐ ਨੀ ਟੈਪੀਫਿਕੇਸ਼ਨ ਵਾਲੇ ਪਾਸੇ ਐ ਨਹੀਂ ਕਿ ਕਿਸਾਨਾਂ ਵੱਲੋਂ ਇਹ ਵੀ ਕਹਿ ਜਾਂਦਾ ਕਿ ਜਿਹੜਾ ਠੁਕ ਠੁਕ ਮੇ ਪ੍ਰਵੰਧਾ ਜੜੇ ਸਰਕਾਰਾਂ ਵੱਲੋਂ ਇਥਾਂ ਦੇ ਹੀਲੇ ਵਸੀਲੇ ਨਹੀਂ ਕੀਤੇ ਗਏ ਜਿਨ੍ਹਾਂ ਕਾਰਨਾਂ ਕਰਕੇ ਖੇਤੀਬਪਨਤਾ ਵਾਲੇ ਪਾਸੇ ਬਲ ਆਇਆ ਜਾਵੇ ਪਰ ਖੇਤੀਬਪਨਤਾ ਇੱਕ ਲਾਹੇਵੰਦ ਤੰਦਾ ਇਹ ਬਹੁਤੇ ਕਿਸਾਨਾਂ ਨੇ ਸਾਬਤ ਕਰ ਦਿੱਤਾ ਅਸੀਂ ਮਸੂਦਾ ਜ਼ਿਲ੍ਹਾ ਬਰਨਾਲਾ ਦੇ ਠੁੱਲੜ ਪਿੰਡ ਦੇ ਵਿੱਚ ਇੱਥੇ ਕਿਸਾਨ ਹਰਬੰਤ ਸਿੰਘ ਡ੍ਰੈਗਨ ਫਰੂਟ ਦੀ ਖੇਤੀ ਕਰਦੇ ਨੇ ਅਸੀਂ ਡ੍ਰੈਗਨ ਫਰੂਟ ਦੇ ਖੇਤਾਂ ਦੇ ਵਿੱਚ ਖੜੇ ਆ ਇਹ ਡ੍ਰੈਗਨ ਫਰੂਟ ਹੈ ਸੈਂਟਰਲ ਅਮਰੀਕਾ ਦਾ ਇਸ ਨੂੰ ਸੈਂਟਰਲ ਅਮਰੀਕਾ ਦਾ ਫਰੂਟ ਮੰਨਿਆ ਜਾਂਦਾ ਹੈ ਸੈਂਟਰਲ ਅਮਰੀਕਾ ਦੇ ਬੱਚੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਇਸ ਫਰੂਟ ਦੀ ਜਿਹੜੀ ਆ ਉਹ ਉੱਥੇ ਇਹ ਵੱਡੀ ਪੱਦਰ ਤੇ ਹੁੰਦਾ ਇਸ ਨੂੰ ਇਮਿਊਨਿਟੀ ਬੂਸਟਰ ਵੀ ਮੰਨਿਆ ਜਾਂਦਾ ਜੇਕਰ ਕੋਵਿਡ ਦੇ ਦੌਰ ਦੀ ਗੱਲ ਕਰ ਲਈਏ ਕਰੋਨਾ ਦੇ ਦੌਰ ਦੀ ਗੱਲ ਕਰੇ ਤਾਂ ਇਸ ਇਹਦੀ ਬੜੀ ਬੁਕਤ ਹੋਈ ਵੱਡੀ ਪੱਦਰ ਤੇ ਜਿਹੜਾ ਇਸ ਡਰੈਗਨ ਫਰੂਟ ਦੀ ਵੱਡੀ ਪੱਦਰ ਤੇ ਲਾਗਤ ਹੋਈ 슈ਗਰ ਦੇ ਲਈ ਬੜਾ ਲਾਹੇਮੰਦ ਮੰਨਿਆ ਜਾਂਦਾ ਇਮਿਊਨਿਟੀ ਬੂਸਟਰ ਇਸ ਨੂੰ ਮੰਨਿਆ ਜਾਂਦਾ ਤੇ ਬੜੀਆਂ ਦਵਾਈਆਂ ਦੇ ਵਿੱਚ ਵੀ ਪੈਂਦਾ ਖੇਤੀਬਾੜੀ ਦਾ ਵਾਲੇ ਪਾਸੇ ਪਹੁੰਚੇ ਨੇ ਮਿਸਾਲ ਪਾਦਾ ਕੀਤੀ ਆ ਪੂਰਨial ਦੇ ਪਿੰਡ ਹਰ ਪਿੰਡ ਦੇ ਕਿਸਾਨ ਹਰਮント ਸਿੰਘ ਨੇ ਗੱਲਬਾਤ ਕਰ ਰਹੇ ਹਨ ਇਹਨਾਂ ਦੇ ਨਾਲ ਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਦੇ ਤੋਂ ਮੋਟੀ ਕਮਾਈ ਕੀਤੀ ਜਾ ਸਕਦੀ ਆ ਥੋੜੇ ਖੇਤ ਦੇ ਵਿੱਚ ਜਿਹੜੇ ਕਿਸਾਨ ਕੋਲੇ 5 ਏਕੜ ਜਾਂ 4 ਏਕੜ ਤੋਂ ਘੱਟ ਵਾ ਜਮੀਨ ਹੈ ਤਾਂ ਉਹ ਵੀ ਮੋਟੀ ਕਮਾਈ ਇਸ ਖੇਤੀ ਤੋਂ ਕਰ ਸਕਦੇ ਨੇ ਪਰ ਕਿਹੜੀ ਵਿਧੀ ਨਾਲ ਇਹ ਖੇਤੀ ਹੁੰਦੀ ਆ ਕਿਹੜੇ ਤਰੀਕੇ ਦੇ ਨਾਲ ਇਸ ਖੇਤੀ ਨੂੰ ਸ਼ੁਰੂ ਕੀਤਾ ਜਾਂਦਾ ਤੇ ਕਿੰਨਾ ਖਰਚਾ ਇਸ ਖੇਤੀ ਨੂੰ ਸ਼ੁਰੂ ਕਰਨ ਤੇ ਆਉਂਦਾ ਤੇ ਕਿਹੜੀ ਵਿਧੀ ਦੇ ਨਾਲ ਇਹ ਤਾਂ ਮੋਟੀ ਕਮਾਈ ਕੀਤੀ ਜਾਂਦੀ ਆਪਾਂ ਮੁੱਢਲੀ ਜਾਣਕਾਰੀ ਹਾਸਲ ਕਰਦੇ ਆਂ ਕਿਸਾਨ ਹਰਵੰਤ ਸਿੰਘ ਤੋਂ ਸਵਾਗਤ ਕਰਦੇ ਆਂ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਸਵਾਗਤ ਕਰ ਲੈਨੇ ਸਰਜੀਤ ਸਿੰਘ ਜੀ ਪੰਜਾਬ ਨੇਵ ਚੈਨਲ ਤੁਹਾਡਾ ਇੱਥੇ ਉਹਨਾਂ ਦਾ ਸਵਾਗਤ ਹੈ ਧੰਨਵਾਦ ਆ ਜੀ ਜੀ ਹਰਵੰਤ ਸਿੰਘ ਜੀ ਤੁਸੀਂ ਡ੍ਰੈਗਨ ਫਰੂਟ ਦੀ ਇੱਕ ਵੱਖਰੀ ਜੀ ਖੇਤੀ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤੀ ਬਹੁਤੀ ਪੱਦਰ ਤੇ ਨਹੀਂ ਹੁੰਦਾ ਇਹ ਕਦੋਂ ਤੁਸੀਂ ਸ਼ੁਰੂ ਕੀਤੀ ਕੀਤੀ ਇਹ ਜੀ ਜਿਹੜਾ ਇਹਦਾ ਟ੍ਰਾਇਲ ਸੀ 2016 ਚ ਅਸੀਂ ਕੀਤਾ ਸੀ 3 ਸਾਲ ਸਾਡੇ ਟ੍ਰਾਇਲ ਤੇ ਨਿਕਲ ਗਏ 16 ਤੋਂ 19 ਤੱਕ ਫਿਰ 19 ਸੇ ਅੱਧਾ ਏਕੜ ਲਾਇਆ ਫਿਰ 20 ਲਾਇਆ ਜੀ ਹੁਣ ਅਸੀਂ ਆ ਤੁਹਾਡੇ ਸਾਹਮਣੇ ਹੋਰ ਲਾ ਰਹੇ ਹਾਂ ਜੀ ਸਵਾ ਏਕੜ ਹੁਣ ਸਾਡਾ ਢਾਈ ਹੋ ਜੂ ਤੇ ਸਵਾ ਏਕੜ ਇਹ ਹੋਰ ਆ ਜੀ ਫਿਰ 4 ਏਕੜ ਇਹ ਆਪਣਾ ਹੁਣ ਇੱਕ ਸਾਲ ਚ ਐਸੇ ਜਿ ਮਕਮਲ ਹੋ ਜੂ ਸ਼ੁਰੂ ਤੁਸੀਂ ਤਾਂ ਕਨਾਲ ਤੋਂ ਕੀਤਾ ਸੀਗਾ ਧੋਕ ਨਾਲ ਤੋਂ ਕਨਾਲ ਤੋਂ ਇੱਕ ਕਨਾਲ ਦਾ ਹਾਂ ਜੀ ਕਿੰਨੇ ਕ ਜੇ ਕਿਸੇ ਨ ਕਿਸਾਨ ਨੇ ਖੇਤੀ ਸ਼ੁਰੂ ਕਰਨੀ ਹੋਵੇ ਤਾਂ ਕਿੰਨੇ ਰੁਪਏ ਦਾ ਧੰਦਾ ਹੈ ਕਿੰਨੇ ਰੁਪਏ ਦੇ ਬੀ ਸ਼ੁਰੂ ਹੋ ਜਾਂਦੀ ਆ ਖਰਚਾ ਕਿੰਨਾ ਆ ਜਾਂਦਾ ਇੱਕ ਏਕੜ ਤੇ 4-5 ਲੱਖ ਰੁਪਏ ਆ ਜਾਂਦਾ ਜੀ ਅੱਧਾ ਏਕੜ ਕਰਨਾ ਤਾਂ 2.5 ਲੱਖ ਆ ਜਾਂਦਾਗਾ ਉਦੋਂ ਕੱਟ ਕਰਨਾ ਜਿੰਨੀ ਕਿ ਬੰਦੇ ਕੋਲ ਕਜਾਇਸ ਹੈ ਲੱਖ ਕੋ ਤੋਂ ਸ਼ੁਰੂ ਕਰ ਲੈ 100 ਕੋ ਪੋਲ ਤੋਂ ਜੇ ਘਟ ਕੇ ਜਾਇਸ ਹੈ ਜੇ ਕਿ ਵੱਧ ਕੇ ਜਾਇਸ ਹੈ ਤਾਂ ਫਿਰ 250 ਪੋਲ ਤੋਂ ਕਰ ਲੈ ਅੱਧੇ ਏਕੜ ਤੋਂ ਕਰ ਲੈ ਇਹਦੀ ਪਨੀਰੀ ਤੁਸੀਂ ਕਿੱਥੋਂ ਜਦੋਂ ਪਹਿਲੀ ਯਾਰ ਸ਼ੁਰੂ ਕੀਤਾ ਹੈ ਲਾਉਣਾ ਸ਼ੁਰੂ ਕੀਤਾ ਹੈ ਤੇ ਇਹਦੀ ਪਨੀਰੀ ਫਿਰ ਕਿੱਥੋਂ ਲਈ ਆਪ ਹੀ ਦਰ ਕੀਤੀ ਸੀ ਪਨੀਰੀ ਜੀ ਪਹਿਲੀ ਵਕਤ ਜੇ ਅਸੀਂ ਲੈ ਕੇ ਆਏ ਸੀ ਗੁਜਰਾਤ ਚੋਂ ਉੱਥੋਂ ਕਲਮਾ ਲਏ ਸੀ ਫਿਰ ਇੱਥੇ ਕੱਟ ਕੇ ਲਫਾਫਿਆਂ ਚ ਲਾ ਕੇ ਜੀ ਫਿਰ ਅਸੀਂ 80 90 ਪੋਲ ਲਾਏ ਹੋਗੇ ਕਰਨਾਲ ਚ ਫਿਰ ਉੱਥੇ ਅਸੀਂ ਟ੍ਰਾਇਲ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਇਹ ਬੱਚ ਜਦੋਂ ਟ੍ਰੈਲ ਸ਼ੁਰੂ ਕੀਤਾ ਤਾਂ ਉਹਦੇ ਤੋਂ ਫਿਰ ਨਤੀਜਾ ਕੀ ਨਿਕਲਿਆ ਤੁਸੀਂ ਉਸ ਤੋਂ ਬਾਅਦ ਦੇ ਬੱਚਾ ਇਹਦਾ ਜਿਹੜਾ ਝਾੜ ਦੇਖਿਆ ਹੋਣਾ ਝਾੜ ਫਿਰ ਕੇ ਮੈਨਿਖਲੇ ਦਾ ਝਾੜ ਨਿਕਲਿਆ ਜੀ ਦਾ ਤੇ ਉਸ ਹਿਸਾਬ ਨਾਲ ਜੀ ਜਿਵੇਂ ਪਹਿਲੇ ਸਾਲ ਹੈ ਜੀ ਖਾਣ ਪੀਣ ਜੋ ਘਰਾ ਜਾਂਦਾ ਹਮ ਆ ਜਿਹੜਾ ਸਾਨੂੰ ਇੱਕ ਪੋਲ ਦੀਦਾ ਠੀਕ ਹੈ ਜੀ ਦੂਜਾ ਦੂਜੇ ਸਾਲ ਜੀ ਇਹ 3 ਕਿਲੋ 4 ਕਿਲੋ 5 ਕਿਲੋ ਪਰ ਪੋਲ ਹਮ ਤੀਜੇ ਸਾਲ ਜੀ 10 ਕਿਲੋ ਤੱਕ ਪਹੁੰਚ ਜਾਂਦਾ ਹਮ ਚੌਥੇ ਸਾਲ ਜੀ ਇਹ ਵੱਤਵੱਤ 15 ਤੱਕ ਪਹੁੰਚ ਜਾਂਦਾ 15 ਕਿਲੋ ਤੱਕ ਜੀ ਜੇ ਤੀਜੇ ਸਾਲ ਤੋਂ ਅਸੀਂ ਲਾਈਏ 10 ਕਿਲੋ ਵੀ ਲਾਈਏ ਜੀ ਤਾਂ ਮਤਲਬ 10 ਕਿਲੋ 2000 ਦਾ ਹੋ ਗਿਆ ਜੀ ਜੇ ਆਪਾਂ 200 ਨੂੰ ਵੀ ਲਾਉਣੇ ਹੈਗੇ ਇੱਕ ਪੋਲ ਤਾਂ ਵੀ 8-10 ਲੱਖ ਦੀ ਇਨਕਮ ਬਣਦੀ ਹੈ ਜੀ ਇੱਕ ਏਕੜ ਦੀ ਇਹ ਜਿਹੜੇ ਤੁਸੀਂ ਪੋਲ ਲਾਏ ਹੋ ਯਾਰ ਸਹਾਯੋਗੀ ਨੂੰ ਵਿੰਦ ਕੇ ਦਿਖਾ ਦਿੱਤਾ ਜਾਵੇ ਇਹ ਪੋਲ ਤੁਸੀਂ ਇਹ ਬੇਨਤੀ ਕਰਕੇ ਲਾਇਆ ਕਿ ਇੰਨੇ ਕਿੰਨੇ ਕਿੰਨੇ ਫੁੱਟ ਦੇ ਪੋਲ ਲੱਗੇ ਹੋਏ ਆ ਇਹ ਪਹਿਲਾਂ ਜੀ ਅਸੀਂ 13 ਪੋਲ ਤੋਂ ਪੋਲ 7 ਹੁਣ ਜਿਹੜਾ ਅਸੀਂ ਲਾ ਰਹਿਆਂ ਨੂੰ ਤੇ 13 ਚੌੜਾ ਲਾ ਰਹਾਂਗੇ ਤੇ ਪੋਲ ਤੋਂ ਪੋਲ 6 ਫੁੱਟ ਤੇ 1 ਫੁੱਟ ਦੀ ਅਸੀਂ ਉਹਦਾ ਗੈਪ ਘਟਾਤਾ ਹੁਣ 6 ਫੁੱਟ ਤੇ ਜਦੋਂ ਲਾਵਾਂਗੇ ਜੇ ਪੂਰਾ ਸੰਘਣਾ ਹੋ ਜੇ ਵਿਚਰੀ ਨਹੀਂ ਲੰਘਣ ਦੇਣਾ ਇਹਨੇ ਕਿਸੇ ਨੂੰ ਇੰਨਾ ਇਹ ਆਲੇ-ਦਾਲ ਗਰੋਥ ਕਰ ਜਾਣਾ ਇਹਨੇ ਫੇਲਰ ਜਾਣਾ ਕੈਲਰ ਜਾਣਾ ਜੇ ਆਪ ਕਨਾਲ ਦੀ ਗੱਲ ਕਰ ਲਈਏ ਕਨਾਲ ਦੇ ਵਿੱਚ ਕਿੰਨੇ ਕ ਪੋਲ ਦੇ ਨਾਲ ਆ ਜਿਹੜਾ ਕਿਸਾਨ ਕੀਤੀ ਸ਼ੁਰੂ ਕਰ ਸਕਦਾ ਕਨਾਲ ਦੇ ਵਿੱਚ ਕਿੰਨੇ ਪੋਲ ਲੱਗਦਾ ਡ੍ਰੈਗਨ ਦੇ 80-90 ਪੋਲ ਲੱਗ ਜਾਣਗੇ ਇੱਕ ਕਨਾਲ ਦੇ ਵਿੱਚ 850 40 ਤੇ 8864 ਠੀਕ ਹੈ ਜੀ 70 ਕ 75 ਕ ਲੱਗ ਜਾਂਦੇ ਨੇ ਇਹ ਕਨਾਲ ਚ ਤੇ ਖਰਚਾ ਕਿੰਨਾ ਕਾ ਜਾਂਦਾ ਕਨਾਲ ਦੇ ਸ਼ੁਰੂ ਕਰਨ ਦਾ ਯਾਰ ਤੇ ਸ਼ੁਰੂ ਕਰ ਲੋ ਇੱਕ ਪੋਲ ਦਾ ਬਸ ਖਰਚਾ ਸਿੱਧਾ ਹੀ ਸਾਹਬ ਆ ਜੀ ਜੇ ਤੁਸੀਂ 100 ਪੋਲ ਜੇ 100 ਪੋਲ ਹੁਣ ਲੱਖ ਰੁਪਏ ਲੱਗੂ ਜੀ ਤੁਹਾਡਾ 500 ਪੋਲ ਹੁਣ 5 ਲੱਖ ਲੱਗੂ ਜੀ ਇਹਦੀ ਕੋਈ ਮੰਡੀ ਕਰਨ ਵੀ ਹੁੰਦਾ ਜਾਂ ਵਿਕਰੀ ਜਾਂ ਤੁਸੀਂ ਖੇਤ ਦੇ ਵਿੱਚ ਚਕਾਉਣੇ ਉਹ ਇਹ ਤਾਂ ਮੰਡੀ ਕਰਨ ਤਾਂ ਜੇ ਸਾਡੇ ਖੇਤ ਚ ਹੀ ਹੋ ਰਿਹਾ ਤੇ ਸਾਨੂੰ ਬਾਹਰੋਂ ਆਰਡਰ ਆ ਜਾਂਦੇ ਨੇ ਕੋਈ ਲੁਧਰਣਾ ਆ ਗਿਆ ਜੀ ਕੋਈ ਬਠਿੰਡਾ ਆ ਗਿਆ ਕੋਈ ਪਟਿਆਲੇ ਤੋਂ ਆ ਗਿਆ ਜੀ ਕੋਈ ਚੰਡੀਗੜ੍ਹ ਤੋਂ ਆ ਗਿਆ ਦਿੱਲੀ ਤੱਕ ਅਸੀਂ ਪਹੁੰਚਾਈ ਨਹੀਂ ਆਰਡਰ ਸਾਡੇ ਕੋਲ ਦਿੱਲੀ ਤੱਕ ਦੇਣੇ ਤੇ ਉਸਨੂੰ ਆਰਡਰ ਸਾਡੇ ਘਰੇ ਆਉਂਦੇ ਆਗੇ ਇੱਥੋਂ ਅਸੀਂ ਜਿੰਨਾ ਕੋਈ ਕਹਿੰਦਾ 20 ਕਿਲੋ 50 ਕਿਲੋ ਕੋਟਲ ਅਸੀਂ ਉਸ ਹਿਸਾਬ ਨਾਲ ਭੇਜਦੇ ਹਾਂ ਜਦੋਂ ਇਹ ਲਾਉਣੇ ਹੋ ਤੁਸੀਂ ਬਾਹਣ ਦੇ ਬੱਚਿਆਂ ਇਸ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ ਕੋਈ ਇਹਦੇ ਵਿੱਚ ਖਾਦ ਵੀ ਪਾਉਣੇ ਇਹ ਚ ਦੇਖੋ ਜੀ ਪਾਉਣੀ ਪੈਂਦੀ ਹੈ ਖਾਦ ਕਿਉਂਕਿ ਜਿਹੜੀਆਂ ਸਾਡੀਆਂ ਖੇਤਿਆਂ ਨੇ ਜਾਨੀ ਉਹ ਤਾਂ ਕੈਮੀਕਲ ਤੇ ਲੱਗੇ ਹੋਈਆਂ ਨੇ ਠੀਕ ਹੈ ਜੀ ਜਿਵੇਂ ਜੂਰੀਆ ਹੋ ਗਿਆ ਜੀ ਡੀਏਪੀ ਹੋ ਗਿਆ ਪोटाश ਹੋ ਗਿਆ ਇੱਕ ਦੋ ਸਾਲ ਦਾ ਸਾਨੂੰ ਵਰਤਣੀਆਂ ਪੈਣਗੀਆਂ ਜੀ ਉਦੋਂ ਬਾਅਦ ਫਿਰ ਅਸੀਂ ਆਰਗਾਨਿਕ ਤਰੀਕੇ ਦੇ ਨਾਲ ਜਿਵੇਂ ਹੁਣ ਮੇਰਾ ਗੋਰੋਏ ਦੇ 30 35 ਬਟਨੇ ਜੀ ਉਹ ਪਾਉਣਾ ਜੀ ਇਹਦੇ ਵਿੱਚ ਤਿਆਰ ਕਰਕੇ ਜਿਵੇਂ ਆਪਣੀ ਗੋਬਰ ਗੈਸ ਦੀ ਸੈਲਰੀ ਹੋ ਗਈ ਜੀ ਉਹ 25 ਹੁੰਦੀ ਹੈ ਰੂੜੀ ਨੂੰ ਪ੍ਰੋਸੈਸ ਕਰਕੇ ਤੇ ਅੱਜ ਕੱਲ ਬਹੁਤ ਕੁਝ ਚੇਜ ਆਉਂਦੇ ਆ ਉਹ ਮਤਲਬ ਸਾਫ਼ ਹੋ ਜਾਂਦੇ ਆ ਰੂੜੀ ਮਿਕਸਰ ਹੋ ਜਾਣਾ ਸਿੱਧੀ ਰੂੜੀ ਨਹੀਂ ਪਾਉਣੀ ਹਮ ਅਸੀਂ ਉਹਨੂੰ ਪ੍ਰੋਸੈਸ ਕਰਕੇ ਗੋਡਵਾ ਖਾਦ ਰਾਹੀ ਜਾਂ ਕੋਈ ਜੀਵ ਜੂਵ ਆਉਂਦੇ ਹੋਰ ਬਹੁਤ ਕੁਝ ਆਉਂਦਾ ਜੀ ਉਹਨਾਂ ਨਾਲ ਵੀ ਉਹ ਬਰੀਕ ਹੋ ਜਾਂਦੀ ਰੂੜੀ ਤੇ ਆਪਣਾ ਕੋਲ ਉਹਨੂੰ ਕਹਿੰਦੇ ਹਮ ਭੁੱਲ ਗਿਆ ਜੀ ਡੀਕੰਪੋਜ਼ਰ ਵਗੈਰਾ ਉਹਦੇ ਨਾਲ ਵੀ ਰੂੜੀ ਆ ਜਿਹੜੀ ਸਾਡੀ ਬਰੀਕ ਹੋ ਜਾਂਦੀ ਹੈ ਮੈਂ ਕਹਿੰਦਾ ਜੇ ਕਣਕ ਝੋਨੇ ਦੀ ਗੱਲ ਕਰ ਰਹੇ ਤਾਂ ਉਹ ਵੀ ਮਣਕੇ ਚੱਲੀ ਆਪਾਂ 60 ਤੋਂ 65 70000 ਦਾ ਕਿੱਲੇ ਚੋਂ ਹੁੰਦਾ ਤਾਂ ਤੁਸੀਂ ਇਹਦੀ ਗੱਲ ਕਰ ਰਹੇ ਹੋ ਕਿ ਲੱਖ ਰੁਪਏ ਦਾ ਕਿੱਲੇ ਚੋਂ ਇਹ ਜਿਹੜੀ ਆਮਦਨੀ ਹੈ ਲੱਖ ਰੁਪਏ ਹੋ ਜਾਂਦੀ ਆ ਲੱਖ ਦੀ ਹੋ ਜਾਂਦੀ ਆ ਜੇ 1 ਏਕੜ ਦੀ ਬਣ ਕੇ ਚੱਲੀਏ 1 ਏਕੜ ਦੀ ਹੂੰ ਇਹ ਪਹਿਲੇ ਸਾਲ ਤਾਂ ਨਹੀਂ ਹੁੰਦੀ ਲੱਖ ਦੀ ਹੂੰ ਦੂਜੇ ਸਾਲ ਜੇ ਇਹ 2 ਲੱਖ ਦੀ ਹੋ ਜਾਂਦੀ ਆ ਹੂੰ ਜਾਂ 3 ਲੱਖ ਦੀ ਵੀ ਹੋ ਜਾਂਦੀ ਆ ਹੂੰ ਤੀਜੇ ਸਾਲ ਜੇ ਇਹ 7 ਕ ਲੱਖ ਤੇ ਜਾ ਪਹੁੰਚਦਾ 5 ਤੋਂ 7 ਤੱਕ ਹੂੰ ਠੀਕ ਆ ਜੀ ਫਿਰ ਐ ਵਧਦਾ ਰਹਿੰਦਾ ਜੀ ਜੜੀ ਜੇ ਆਪਾਂ ਲਈਏ ਜੀ ਚੌਥੇ ਸਾਲ ਤੱਕ ਜੇ ਇਹ ਕਿਸਾਨ ਨੂੰ 10 ਕ ਲੱਖ ਰੁਪਏ ਤੱਕ ਲੈ ਜਾਊਗਾ 4 ਸਾਲਾਂ ਦੇ ਵਿੱਚ ਵਿੱਚ ਹਾਂ ਜੀ ਠੀਕ ਆ ਆਪਾਂ ਕੀ ਗੱਲ ਕਰ ਰਹੀਏ ਜਿਹੜੇ ਇਹ ਤੁਹਾਡੇ ਡ੍ਰੈਗਨ ਦੇ ਜਿਹੜੇ ਲਾਈ ਹੋਇਆ ਤਾਂ ਫਾਲੇ ਬਰਾਬਰ ਚੱਕਦੇ ਆ ਜਾਂ ਕੋਈ ਪਹਿਲਾਂ ਚੱਕਦਾ ਕੋਈ ਮਗਰੋਂ ਚੱਕਦਾ ਜਦੋਂ ਮੌਸਮ ਆਉਂਦਾ ਜੇ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਚਲਾਈ ਚ ਇਹ ਆਪਦੇ ਟਾਈਮ ਪੀੜ ਦੇ ਹਿਸਾਬ ਨਾਲ ਜੀ ਮਹੀਨੇ-ਮਹੀਨੇ ਬਾਅਦ ਫਲ ਫਲ ਚੱਕੀ ਜਾਂਦਾ ਫਾਲ ਆਈ ਜਾਂਦਾ ਜੀ ਪਹਿਲਾ ਜਿਹੜਾ ਪੂਰਾ ਸਾਡਾ 45 ਦਿਨਾਂ ਚ ਪੱਕਦਾ ਉਸ ਤੋਂ ਬਾਅਦ ਫਿਰ ਮਹੀਨੇ-ਮਹੀਨੇ ਚ ਪੱਕੀ ਜਾਂਦਾ ਉਸ ਹਿਸਾਬ ਨਾਲ ਆਈ ਜਾਂਦਾ ਤੇ ਤਿੰਨ ਤੜਾਈਆਂ ਦਿੰਦਾ ਇੱਕ ਮਹੀਨਾ ਚਾਹੀ ਤਿੰਨ ਦਿਨ ਤੋੜਨਾ ਬਸ ਲਗਾਤਾਰ ਤਿੰਨ ਦਿਨਾਂ ਚ ਸਾਡੀ ਤੜਾਈ ਖਤਮ ਹੋ ਜਾਂਦੀ ਹੈ ਉਦੋਂ ਬਾਅਦ ਜੇ ਫੇਰ ਜਦੋਂ ਦੂਜੇ ਮਹੀਨੇ ਫੇਰ ਤਿੰਨ ਨਦਰਾਂ ਤੇ ਤਿੰਨ ਨਦਰਾਂ ਇਹਨੂੰ ਫੁੱਲ ਆਉਂਦੇ ਆ ਇੱਕ ਅੱਜ ਆਗੇ ਜੇ ਕੱਲ ਨੂੰ ਆਗੇ ਪਰਸੋਂ ਨੂੰ ਆਗੇ ਉਸੇ ਹਿਸਾਬ ਨਾਲ ਤੜਾਈ ਹੁੰਦੀ ਹੈ ਜੀ ਫੇ ਮਹੀਨੇ ਚ ਤਿੰਨ ਕਿ ਦਿਨ ਤੜਾਈ ਹੁੰਦੀ ਹੈ ਇਹਦੀ 300 ਗ੍ਰਾਮ ਦਾ ਵੀ ਹੋ ਜਾਂਦਾ ਹੈ 400 ਦਾ ਵੀ ਹੋ ਜਾਂਦਾ 200 ਦਾ ਤੜਾਈ ਕਰਨੀ ਇਹਦੀ ਬਹੁਤ ਸੌਖੀ ਆ ਜਿਆਦਾ ਇਹ ਤੇ ਮਿਹਨਤ ਨਹੀਂ ਆਉਂਦੀ ਲੇਬਰ ਲੇਬਰ ਕਿੰਨੀ ਕਿ ਭਜ ਜਾਂਦੀ ਆ ਬਸ ਉਸ ਹਿਸਾਬ ਲੇਬਰ ਪੈਂਦੀ ਨਹੀਂ ਹੈਗੀ ਜੀ ਇਹਦੀ ਗੜਾਈ ਗਡੂਗੀ ਤੇ ਪੈਂਦੀ ਆ ਲੇਬਰ ਉਹਨੂੰ ਅਸੀਂ ਮਲਚੰਗ ਕਰ ਲੈਂਦੇ ਆ ਜਿਵੇਂ ਹੁਣ ਆ ਪਰਾਲੀ ਆ ਜੀ ਇਹ ਚ ਕਿੱਲੇ ਵੀ ਸਾਡੇ ਜਿਹੜੀ ਹੈਗੀ ਆ ਪਰਾਲੀ ਆ ਚੋਣਰੀ ਇਹ ਕਿੱਲੇ ਦੀ ਪੈ ਜਾਂਦੀ ਆ ਨਾ ਤਾਂ ਇਹਨੂੰ ਤਾਕਤ ਦਊਗਾ ਜੜਾ ਚ ਨਮੀ ਰੱਖੂਗਾ ਨਾ ਸਾਡਾ ਪ੍ਰਾਲੀ ਉਧਰੋਂ ਕੰਮ ਖਤਮ ਹੋ ਜਾਂਦਾ ਇਹਦਾ ਸਾਡਾ ਨਦੀਨ ਆ ਜਿਹੜਾ ਉਹ ਖਤਮ ਹੋਇਆ ਮਲਚੰਗ ਕਹਿੰਦੇ ਜੀ ਨੂੰ ਅਸੀਂ ਨਾ ਬਾਣ ਦੀ ਉਜਾਉ ਸਕਦੀ ਵੀ ਵਾਦੀਆ ਪ੍ਰਾਲੀ ਦੇ ਨਾਲ ਵਾਦੀਆ ਜੀ ਵਾਦੀਆ ਨਾ ਇਹਦਾ ਸਾਮ ਸੰਭਾਲ ਹੋ ਜਾਂਦੀ ਹੈ ਜੀ ਖੇਤ ਚ ਅੱਗੇ ਉਹਨੂੰ ਬਿਮਾਰੀ ਦੀ ਗੱਲ ਕਰ ਲਈ ਬਿਮਾਰੀ ਵੀ ਪੈਂਦੀ ਆ ਕੋਈ ਹਾਂਜੀ ਬਿਮਾਰੀਆਂ ਜੀ ਨੂੰ ਜ਼ਿਆਦਾ ਠੰਡ ਨਾਲ ਵੀ ਆਉਂਦੀ ਆ ਤੇ ਜ਼ਿਆਦਾ ਗਰਮੀ ਨਾਲ ਵੀ ਪੀਲਾ ਪੌਦਾ ਆਉਂਦਾ ਜੀ ਇੱਥੇ ਨਾ ਕੋਈ ਖੜਾ ਹੋਊਗਾ ਪੀਲਾ ਪੌਦਾ ਆਹ ਦੇਖੋ ਜੀ ਆ ਪੀਲਾ ਪੌਦਾ ਹਾਂਜੀ ਠੀਕ ਹੈ ਇਹਨੂੰ ਅਸੀਂ ਕੱਟ ਦਨੇ ਆ ਆ ਵਿੱਚ ਹੈਗਾ ਹੂੰ ਤੇ ਗਰਮੀ ਚ ਵੀ ਤੇ ਸਰਦੀ ਚ ਵੀ ਹੂੰ ਬਸ ਇਹਨੂੰ ਇਹੀ ਮੇਨ ਨਕਸ਼ਾ ਹੋਰ ਕੋਈ ਨਕਸ਼ਾ ਨਹੀਂ ਇਹਦੇ ਵਾਸਤੇ ਹੁਣ ਅਸੀਂ ਡਬਲ ਫਰੂਟਿੰਗ ਕਰਿਆ ਜਿਹੜੇ ਬੂਟੇ ਹੈ ਜੀ ਮਤਲਬ 1 ਏਕੜ ਦੇ ਵਿੱਚ ਅਸੀਂ 2-300 ਬੂਟਾ ਜਿਹੜੀ ਡਬਲ ਫਰੂਟਿੰਗ ਦਾ ਲਾਉਣਾ ਹੂੰ ਜਿਵੇਂ ਐਵੋਕਾਡੋ ਹੋ ਗਿਆ ਜੀ ਬੱਗੂ ਕੋਸ਼ਾ ਹੋ ਗਿਆ ਨਾਖ ਹੋ ਗਈ ਤੇ ਅਮਰੂਦ ਹੋ ਗਿਆ ਇਸ ਤਰ੍ਹਾਂ ਦਾ ਕਰਕੇ ਜੇ ਅਸੀਂ 2-300 ਬੂਟਾ ਲਾਉਣਾ ਜਿਹਦੇ ਅੰਦਰ ਜਦੋਂ 300 ਬੂਟੇ ਸਾਡਾ ਤੀਜੇ ਸਾਲ ਉਹ ਫਲ ਦੇਣ ਲੱਗ ਗਏ ਜੀ ਫਿਰ ਤੁਹਾਡੀ ਇਨਕਮ ਹੋਰ ਵੀ ਵੱਧ ਜੂਗੀ ਇਨਕਮ ਦੀ ਕੋਈ ਕਮੀ ਨਹੀਂ ਹੈਗੀ ਜਿਹੜਾ ਹੁਣ ਆ ਬਚਾਲੇ ਥੋਂ ਪਿਆ ਜੀ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਦੇ ਜਿਹੜਾ ਖਾਲੀ ਥਾਂ ਪੈਸਾ ਜੋ ਗਿਰੂ ਮਿਹਨਤ ਦਿਖਾ ਦਿੱਤਾ ਜਾਵੇ ਇਹਦੇ ਵਿੱਚ ਬੂਟੇ ਲਾਵੋਗੇ ਬਾਕੀ ਨਹੀਂ ਆ ਸਨੱਚ ਅਸਾਂ ਇਹਨਾਂ ਪੋਨਾਂ ਦੇ ਇੱਥੇ ਦਾ ਟਰੈਕਟਰ ਚੱਲੂ ਜੀ ਰੋਟਾਵੇਟਰ ਚੱਲੂ ਅਸੀਂ ਕੋਈ ਸ਼ਰੋਂ ਬੀਜਣੀਆਂ ਜੀ ਕੋਈ ਸਬਜ਼ੀ ਬੀਜਣੀਆਂ ਕੁਝ ਵੀ ਅਸੀਂ ਬੀਜਣਾ ਇਹਦੇ ਵਿੱਚ ਝੋਨਾ ਨਹੀਂ ਬੀਜਣਾ ਠੀਕ ਹੈ ਜੀ ਉਹਦੇ ਹਿਸਾਬ ਨਾਲ ਜੀ ਇਹਦੇ ਚੋਂ ਜ਼ਮੀਨਦਾਰਾ ਜਿਹੜਾ 1 ਏਕੜ ਚੋ ਜੀ 58000 ਦਾ ਸਬਜ਼ੀ ਲਾ ਸਕਦਾ ਲੱਖ ਤੱਕ ਵੀ ਲੈ ਸਕਦਾ ਤਾਂ ਉਹਦੀ ਮਿਹਨਤ ਤੇ ਆ ਇਹ ਨਹੀਂ ਹੈਗਾ ਵੀ ਉਹਨੇ ਅੱਜ ਲਾ ਲਿਆ 4-5 ਲੱਖ ਰੁਪਏ ਲਾ ਲਿਆ ਵੀ ਉਹਦੀ ਇਨਕਮ ਰੁਕ ਗਈ ਇਨਕਮ ਤਾਂ ਉਹਦੀ ਮਿਹਨਤ ਨਾਲ ਜਿੰਨੀ ਮਰਜ਼ੀ ਕੱਢ ਲੈ ਜ਼ਮੀਨਦਾਰ ਇਹ ਨਹੀਂ ਹੈਗਾ ਵੀ ਉਹਦੀ ਇਨਕਮ ਰੁਕ ਜੂਗੀ ਵੱਡੀ ਗੱਲ ਇਹ ਆ ਇਹਦੇ ਮੌਸਮ ਕਿਹੜਾ ਸਹੀ ਅਨੁਕੂਲ ਕਿਹੜੇ ਮੌਸਮ ਦੇ ਅਨੁਕੂਲ ਹੈ ਕਿ ਕਿਹੜੇ ਮੌਸਮ ਦੇ ਵਿੱਚ ਫਲ ਸਕਦੇ ਆ ਤੇ ਕਿਹੜੇ ਮੌਸਮ ਸਹੀ ਆ ਇਹਦੇ ਵਾਸਤੇ ਇਹ ਜਿਹੜਾ ਫਲ ਆਉਣਾ ਜੇ ਨੂੰ ਇਹ ਤਾਂ ਜੁਲਾਈ ਅਗਸਤ ਚਾਉਂਦਾ ਜੀ ਲੂ ਲਾਸਟ ਵਿੱਚ ਆ ਜਾਂ ਜੂਨ ਦੇ ਵਿੱਚ ਫਲ ਆਉਣਾ ਸ਼ੁਰੂ ਹੋ ਜਾਂਦਾ ਜੀ ਜੁਲਾਈ ਚ ਪੱਕ ਜਾਂਦਾ ਜੀ ਉਸ ਤੋਂ ਬਾਅਦ ਫਿਰ ਅਗਸਤ ਸਤੰਬਰ ਅਕਤੂਬਰ ਨੰਬਰ ਤੇ ਲਾਸਟ ਹੋ ਜਾਂਦਾ ਇਹ ਦਸੰਬਰ ਜਾ ਕੇ ਸਾਰਾ ਪੱਕ ਕੇ ਕੰਮ ਨਿਬੜ ਜਾਂਦਾ ਜੀ ਇਹਦਾ ਪੰਜ ਕ ਮਹੀਨਾ ਦਾ ਪ੍ਰੋਸੈਸ ਆ ਤੇ ਫਲ ਜਾਂ ਤੇ ਗਰਮੀ ਚ ਦਿੰਦਾ ਕਠੰਡ ਚ ਨਹੀਂ ਠੰਡ ਚ ਨਹੀਂ ਠੰਡ ਚ ਨਾ ਗਰੋਥ ਕਰਦਾ ਨਾ ਫਲ ਦਿੰਦਾਗਾ ਇਹ ਗਰਮੀ ਗਰਮੀ ਦਾ ਹੈਗਾ ਜੀ ਪੰਜ ਮਹੀਨਾ ਦਾ ਪੀੜਾ ਜਿਹੜਾ ਇੱਕ ਸਾਲ ਦਾ ਉਹਦੇ ਫਲ ਦਿੰਦਾਗਾ ਇੰਟਰ ਕਰੋ ਤੁਸੀਂ ਜਿਹੜੀ ਮਰਜ਼ੀ ਕਰ ਲੀ ਇਹਦੇ ਚ ਠੰਡ ਵਾਲੀ ਚ ਤੁਸੀਂ ਸਰੋਂ ਸਰੋਂ ਕਰ ਸਕਦੇ ਆ ਮਟਰ ਕਰ ਸਕਦੇ ਆ ਗੋਭੀ ਕਰ ਸਕਦੇ ਆਗੇ ਉਹ ਤਾਂ ਮਤਲਬ ਆਪੋ ਆਪਣਾ ਹੈਗਾ ਜੀ ਜਿਹੜੇ ਫਲਦਾਰ ਬੂਟੇ ਦੀ ਗੱਲ ਕੀਤੀ ਆ ਉਹ ਤੁਸੀਂ ਇਹ ਸਣ ਦੇ ਬਚਲਾਉਂਗੇ ਇਹਨਾਂ ਦੇ ਉੱਪਰ ਆਉਣਗੇ ਫਿਰ ਛਾਂ ਆਉਣ ਦੇ ਨਾਲ ਇਹਨਾਂ ਦੇ ਵੀ ਜਿਹੜਾ ਜਿਹੜੀ ਤੁਸੀਂ ਕਹਿੰਦੇ ਪੀਲਾ ਪਣ ਆਉਂਦਾ ਉਹ ਪੀਲਾ ਪਣ ਵੀ ਨਹੀਂ ਆਉਂਦਾ ਫਿਰ ਹਾਂ ਜਦੋਂ ਇਹ ਛਾਂ ਹੋ ਗਈ ਜੀ ਫਿਰ ਪੀਲਾ ਪਣ ਨਹੀਂ ਆਉਂਦਾ ਹੈਗਾ ਕਿਉਂਕਿ ਗਰਮੀਆਂ ਦੇ ਵਿੱਚ ਇਹ ਆ ਬੂਟਾ ਜੀ ਆਪਣਾ ਬੱਗੂ ਕੋਸ਼ੇ ਦਾ ਇਹ ਕਹਿੰਦਾ ਇਹ ਲਾਈਨ ਪੂਰੀ ਬੱਗੂ ਕੋਸ਼ੇ ਦੀ ਆ ਇਸ ਤਰ੍ਹਾਂ ਹੋਰ ਲਾਈਨਾਂ ਨੇ ਜਦੋਂ ਇਹ ਸਾਗਾ ਗਰਮੀ ਚ ਤਾਂ ਇਹਨੂੰ ਸਾਗਾ ਕਰ ਦੇਣੀ ਹੈ ਜੀ ਸਰਦੀ ਜਿਹਦੇ ਪੱਤੇ ਝੜ ਜਾਣਗੇ ਧੁੱਪ ਆਜੂਗੀ ਇਹਦਾ ਕੀ ਹੈ ਕਮਿਊਨੀਕੇਸ਼ਨ ਹੈ ਜੀ ਬੂਟਿਆਂ ਨਾਲ ਤੁਸੀਂ ਚਾਹੇ ਡੇਕ ਲਾ ਦਿਓ ਜੀ ਚੁਹਾਜਨਾ ਲਾ ਦਿਓ ਇਹ ਲਾ ਦਿਓ ਜੋ ਮਰਜੀ ਲਾ ਦਿਓ ਚੁਹਾਜਨੇ ਦੀਆਂ ਫਲੀਆਂ ਤੁਸੀਂ ਵੇਚ ਸਕਦੇ ਹੋ ਤੇ ਔਲਾ ਲਾ ਦਿਓ ਜੀ ਕਾਫੀ ਬੂਟੇ ਨੇ ਜਿਹੜੇ ਸੀ ਇਹਦੇ ਵਿੱਚ ਲਾ ਸਕਦੇ ਐਵੋਕਾਡੋ ਲਾ ਦਿਓ ਜੀ ਉਹ ਤਾਂ ਅਸੀਂ ਲਾ ਨਹੀਂ ਸਕਦੇ ਲੱਗ ਪੰਜ ਸਾਲਾਂ ਬਾਅਦ ਉਹਨੂੰ ਫਲ ਆਉਂਦਾਗਾ ਪਰ ਜਦੋਂ ਉਹਨੂੰ ਫਲ ਆਉਂਦਾ ਜੀ ਫਿਰ ਬੰਦੇ ਨੂੰ ਰਜਾ ਦਿੰਦਾ ਕਿਉਂਕਿ 1000 ਰੁਪਏ ਕਿਲੋ ਤੱਕ ਦਾ ਫਲ ਆ ਜੀ ਐਵੋਕਾਡੋ ਦਾ ਤੇ ਪੰਜਾਬ ਦੇ ਵਿੱਚ ਬਹੁਤੀ ਪੱਦਰ ਤੇ ਉਹ ਲੱਗਦਾ ਵੀ ਨਹੀਂ ਹੁਣ ਲੱਗਦਾ ਜੀ ਪੰਜਾਬ ਚ ਪੰਜਾਬ ਦਾ ਮੌਸਮ ਹੈ ਜਿਹੜਾ ਵਾਤਾਵਰਨ ਹੈ ਐਸਾ ਵਧੀਆ ਵਾਤਾਵਰਨ ਹੈ ਪਰਮਾਤਮਾ ਦਾ ਦੁਨੀਆ ਪਰਚੋ ਇੱਕ ਨੰਬਰ ਤੇ ਆਪਣਾ ਪੰਜਾਬ ਦਾ ਮੌਸਮ ਹੈ ਤਾਂ ਹੀ ਪੰਜਾਬ ਨੂੰ ਲੋਕ ਅੱਖ ਰਖੀ ਬੈਠਿਆ ਵੀ ਜਾਰੇ ਇਹਦੇ ਕਿਸੇ ਲੋੜ ਕਬਜ਼ਾ ਕਰੀਏ ਹੈ ਜੀ ਇੱਥੇ ਦੁਨੀਆ ਦੀ 70 75% ਜਿਹੜੇ ਫਲਦਾਰ ਬੂਟੇ ਨੇ ਜਾਂ ਕੋਈ ਹੋਰ ਚੀਜ਼ਾਂ ਨੇ ਜੀ ਉਹ ਪੰਜਾਬ ਚ ਉਗਦੀਆਂ ਨੇ ਪਰ ਅਸੀਂ ਲਗਾਈਆਂ ਨਹੀਂ ਹੈਗੀਆਂ ਹੁਣ ਦੇਖੋ ਜੀ ਆ ਵੀ ਬਾਹਰ ਲਈ ਬੂਟਾ ਕਾ ਡ੍ਰੈਗਨ ਮਾਰਕਾ ਦਾ ਹੈ ਮਹਿਰਕਾ ਦਾ ਲਾਲੋ ਮੈਕਸੀਕੋ ਤੋਂ ਲਾ ਲਓ ਹੈ ਜੀ ਸੈਂਟਰਲ ਮਾਰਕਾ ਦੇ ਬਜਾਏ ਹੁੰਦਾ ਜਿਹੜਾ ਜਿਹੜਾ ਡ੍ਰੈਗਨ ਆਪਣਾ ਡ੍ਰੈਗਨ ਤਾਂ ਇਹ ਹੋ ਗਿਆ ਜੀ ਬਾਹਰ ਲਈ ਹੋ ਗਿਆ ਨਾ ਜੀ ਆਪਣੇ ਲੱਗਦਾ ਨਹੀਂ ਸੀ ਕਹਿੰਦੇ ਯਾਰ ਕਿੱਥੋਂ ਲੱਗ ਜੂਗਾ ਉਹ ਸਾਡੇ ਸਾਹਮਣੇ ਆਏ ਤੁਸੀਂ 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 ਮਿਸਾਲ ਪਤਾ ਕਰਤੀ ਸਾਡੇ ਸਾਹਮਣੇ ਆਏ ਠੀਕ ਹੈ ਨਹੀਂ ਗੱਲ ਆਪਾਂ ਕਿਹੜਾ ਕੋਈ ਝੂਠ ਬੋਲਦੇ ਆ ਸਾਹਮਣੇ ਫੜ ਦਿੰਦੇ ਆ ਜੀ ਅੱਜ ਤੋਂ ਫੇਰ ਆਜੋ 2 ਮਹੀਨਿਆਂ ਨੂੰ ਦੇਖ ਲਓ ਲਾਲੋ ਲਾਲ ਹੋਇਆ ਪਿਆ ਉਹ ਫਲ ਨਾਲ ਜਿਵੇਂ ਹਾਲ ਹਾਲ ਐਸ ਤਰ੍ਹਾਂ ਦਾ ਲਾ ਰਿਹਾ ਹੈ ਦਰਵਾਰੋਂ ਹਾਂਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੀ ਜ਼ਿਲ੍ਹਾ ਬਰਨਾਲਾ ਦੇ ਥੂਲਲ ਪਿੰਡ ਦੇ ਵਿੱਚ ਮੌਜੂਦ ਹੈ ਡ੍ਰੈਗਨ ਦੇ ਫਾਰਮ ਦੇ ਵਿੱਚ ਮੌਜੂਦ ਹੈ ਇਹ ਫਾਰਮ ਥੂਲਲ ਪਿੰਡ ਦੇ ਕਿਸਾਨ ਹਰਬੰਤ ਸਿੰਘ ਦਾ ਇਹਨਾਂ ਨੇ ਅੱਜ ਤੋਂ 4 ਸਾਲ ਪਹਿਲਾਂ ਜਿਹੜੀ ਇਸ ਦੀ ਖੇਤੀ ਸ਼ੁਰੂ ਕੀਤੀ ਸੀ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਜੇ ਇੱਕ ਕਨਾਲ ਦੀ ਗੱਲ ਕਰ ਲਈਏ ਤਾਂ ਲੱਖ ਰੁਪਏ ਦੇ ਨਾਲ ਜਿਹੜਾ ਕਿਸਾਨ ਹੈ ਉਹ ਆਪਣਾ ਕੀਤਾ ਡ੍ਰੈਗਨ ਦਾ ਸ਼ੁਰੂ ਕਰ ਸਕਦਾ ਤੇ ਕਦੇ ਵੀ ਇਹ ਘਾਟੇ ਵਾਲਾ ਸੌਦਾ ਨਹੀਂ ਹੂੰ 70-75 ਹਜ਼ਾਰ ਦੇ ਵਿੱਚ ਕੇ ਸ਼ੁਰੂ ਕਰ ਸਕਦਾ ਹੈ ਤੇ ਇਹਨਾਂ ਦੇ ਕਹਿਣ ਦੇ ਮੁਤਾਬਕਾ 70-75 ਹਜ਼ਾਰ ਦੇ ਬਜਟ 'ਤੇ ਇੱਕ ਕਿਸਾਨ ਨੇ ਪਹਿਲੀ ਯਾਰ ਲਾ ਕੇ ਦੇਖਣਾ ਇੱਕ ਕਨਾਲ ਦੇ ਵਿੱਚ ਤਾਂ 70-75 ਜਿਹੜਾ ਹਜ਼ਾਰ ਦਾ ਹਜ਼ਾਰ ਦੇ ਬਜਟ 'ਤੇ ਜਿਹੜਾ ਕੰਮ ਸ਼ੁਰੂ ਕਰ ਸਕਦਾ ਹੈ ਤਾਂ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਸਹਯੋਗੀ ਨੂੰ ਬੇਨਤੀ ਕਰ ਦਿਖਾ ਦਿੱਤਾ ਜਾਵੇ ਇੱਧਰ ਵੀ ਤਿਆਰੀ ਹੋ ਰਹੀ ਆ ਇਹ ਇਹ ਨਵੇਂ ਪੋਲ ਲਾਇਆ ਅੱਛਾ ਇਹ ਤੁਸੀਂ ਪੋਲ ਨਵੇਂ ਹੁਣ ਦੁਬਾਰਾ ਇੱਧਰ ਵੀ ਲਾਉਣੇ ਆ ਜੀ ਇਹ ਵੀ ਲਾਉਣੇ ਇਸ ਤੋਂ ਅੱਗੇ ਵੀ ਇੱਕ 1/2 ਏਕੜ ਹੈਗਾ ਜੀ ਆਪਣਾ 4 ਏਕੜ ਦਾ ਪਲਾਂਟ ਹੈ ਜੀ ਇਹ 4 एकड़ड़ी ਕਵਰ ਕਰਨਾ ਜੀ ਮਿਲਰੇ ਗੰਦੇ ਵਿੱਚ ਤੇ ਤਰ੍ਹਾਂ ਤਰ੍ਹਾਂ ਦੇ ਫਰੂਟ ਜੀ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਡ੍ਰੈਗਨ ਹੀ ਨਹੀਂ ਤੁਸੀਂ ਹੋਰ ਵੀ ਜਿਹੜੇ ਫਲਦਾਰ ਬੂਟੇ ਆ ਸਯੋਗੀ ਨੂੰ ਬੇਨਤੀ ਕੇ ਦਿਖਾ ਦਿੱਤਾ ਜਾਵੇ ਇੱਕ ਵਾਰ ਇਹਦੇ ਵਿੱਚ ਹੋਰ ਵੀ ਤੁਸੀਂ ਜਿਹੜੇ ਫਲਦਾਰ ਬੂਟੇ ਲਾ ਸਕਦੇ ਹੋ ਤੇ ਇੱਕ ਹੋਰ ਗੱਲ ਹੈ ਜੀ ਤੁਸੀਂ ਇਹ ਪੱਥਰ ਦੇ ਪੋਲ ਲਾਏ ਹੋਏ ਆ ਲੱਕੜ ਦੇ ਪੋਲ ਤਾਂ ਫਿਰ ਗਰ ਗਲਦਾਂ ਦੇ ਉਦੋਂ ਲਾ ਸਕਦੇ ਆ ਹਾਂ ਲੱਕੜ ਦੇ ਲੱਗਣ ਜੀ ਨਾ ਲੋਹੇ ਦੇ ਲੱਗਣ ਜੀ ਇਹ 6 ਮਿੰਟ ਦੇ ਲੱਗਣਗੇ ਲੋਹੇ ਦਾ ਅੱਜ 100 ਰੁਪਏ ਕਿਲੋ ਹੋ ਗਿਆ ਜੀ ਬਹੁਤ ਮਹਿੰਗਾ ਪੈ ਗਿਆ ਠੀਕ ਹੈ ਕਿੱਥੋਂ ਲਾ ਲਾਂਗੇ ਆਪਾਂ ਲੋਹਾ ਲਾਉਣਾ ਵੀ ਨਹੀਂ ਇਹ ਪੱਥਰ ਦੇ ਕੰਕਰੀਟ ਦੇ ਲਾਉਣਾ। ਇੱਕ ਹੋਰ ਗੱਲ ਹੈ ਜੀ ਮੇਨ ਸਵਾਲ ਤਾਂ ਇਹ ਹੈ ਕਿ ਤੁਸੀਂ ਇਹ ਦੂਰੀ ਜਿਹੜੀ ਇੱਕ ਪੋਲ ਤੋਂ ਦੂਜੇ ਪੋਲ ਤੱਕ ਦੀ ਜਿਹੜੀ ਦੂਰੀ ਹੈ ਕਿੰਨੇ ਫੁੱਟ ਦੇ ਲਾਉਣੇ ਲਾਉਣਾਗਾ? ਅਸੀਂ ਜੀ ਪਹਿਲਾਂ 7 ਹੈ 13 7 ਹੈ। ਹੁਣ ਜਿਹੜਾ ਅਸੀਂ ਲਾ ਰਹੇ ਹਾਂ 13 6 ਦੇ ਲਾ ਰਹੇ ਹਾਂ। 13 6 ਦਾ ਕੀ ਇਹ ਸਾਰਾ ਕਵਰ ਕਰਜੋ ਜੀ। ਆਲੇ-ਦਾਲੇ ਨੂੰ। ਫੁੱਟ-ਫੁੱਟ ਦਾ ਹੋਵੇਗਾ 4 ਫੁੱਟ ਰਹੇਗਾ ਜੀ। ਜਗ੍ਹਾ ਵਿਚਾਲੇ 4 ਫੁੱਟ ਜੀ ਇਹਦੀਆਂ ਲਗ ਰਾਂ ਫਿਰ ਅਜਨੇ ਨੇ ਜੀ। ਉਧਰ ਵੀ ਆ ਗਿਆ। ਬਿਲਕੁਲ ਇਹ ਕਵਰ ਹੋਜੂ ਜੀ। ਐ ਲੱਗੂ ਵੀ ਪੂਰਾ ਸੰਗਣਾ ਲੱਗਿਆ। ਆ ਇਹਨੇ ਜਦ ਗੱਲ ਕਰ ਲਿਆ ਆਪਾਂ ਕਿੰਨੇ ਫੁੱਟ ਦੀ ਦੂਰੀ ਦੇ ਵਿੱਚ ਆਪਸ ਵਿੱਚ ਹੋਣੀ ਚਾਹੀਦੀ ਆ 13 ਤੁਸੀਂ ਕਰ ਰਹੇ ਹੋ ਕਿ ਜੇ ਜਿਹੜੀ ਦੂਰੀ ਦੇ ਵਿੱਚ ਹੋਣੀ ਚਾਹੀਦੀ ਆ ਪੋਲ ਟੂ ਪੋਲ ਉਹ ਕਿੰਨੀ ਦੂਰੀ ਹੋਣੀ ਚਾਹੀਦੀ ਆ 12 6 ਤੇ ਵੀ ਲਾ ਸਕਦੇ ਆ ਜੀ 13 6 ਤੇ ਵੀ ਲਾ ਸਕਦੇ ਆ 7 ਤੇ ਵੀ ਲਾ ਸਕਦੇ ਆ ਕਿਉਂਕਿ ਵਿੱਚ ਦੂਜੇ ਬੂਟੇ ਲਾਉਣੇ ਆ 2 300 ਜੇ 13 7 ਤੇ ਲੱਗ ਜਾ ਵਧੀਆ ਉਹਦੇ ਵਿੱਚ ਹੋਰ ਬੂਟੇ ਵੀ ਲੱਗ ਜਾਂਦੇ ਆ ਹੋਰ ਬੂਟੇ ਵੀ ਲਾਉਣੇ ਆ ਨਾ 2 300 ਬੂਟਾ ਹੋਰ ਵੀ ਲਾਉਣਾ ਨਾ ਹੋਰ ਫਲਦਾਰ ਬੂਟਾ ਫਲਦਾਰ ਬੂਟੇ ਲੱਗ ਲੱਗ ਕੇ ਸਭ ਨੇ ਫਲਦਾਰ ਬੂਟੇ ਦੁੱਗਣੀ ਦੁੱਗਣੇ ਡ੍ਰੈਗਨ ਦਾ ਹੈਗੇ ਹੈਗਾ ਦੁੱਗਣੀ ਆਮਦਨ ਹੋ ਜਾਂਦੀ ਉਹਦੇ ਨਾਲ ਆਇਬੋਕਾਡੋ ਹੋ ਗਿਆ ਜੀ ਨੱਖਾਂ ਹੋ ਗਈਆਂ ਕੋਈ ਚੋਹਾ ਜਣਾ ਹੋ ਗਿਆ ਔਲਾ ਹੋ ਗਿਆ ਖਾਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਬੂਟੇ ਨੇੜੇ ਦੋ ਦੋ ਦੇ ਜੀ ਉਸੇ ਘਰ ਵਾਸਤੇ ਇਹਦੇ ਵਿੱਚ ਲਾਉਣੇ ਬਾਕੀ ਅਸੀਂ ਜਿਹੜੇ ਸਾਨੂੰ ਫਿਰ ਮੈਚ ਕਰਦੇ ਆ ਜਿਆਦਾ ਜਿਵੇਂ ਬੱਗੋ ਕੋਸ਼ਾ ਇਸ ਤਰ੍ਹਾਂ ਦੇ ਲਾਉਣੇ ਜੇ ਕਿਸਾਨ ਨੇ ਇੱਕ ਕਨਾਲ ਦਾ ਕੰਮ ਸ਼ੁਰੂ ਕਰਨਾ ਡ੍ਰੈਗਨ ਦਾ ਥੋੜੇ ਤੋਂ ਪਨੀਰੀ ਮਿਲ ਸਕਦੀ ਹੈ ਹਾਂ ਜੀ ਪਨੀਰੀ ਸਾਤੋਂ ਮਿਲ ਸਕਦੀ ਹੈ ਬੁੱਕ ਕਰਾ ਸਕਦਾ ਸਾਨੂੰ ਕੋਈ ਵੀ ਕਿਸਾਨ ਉਹਨੂੰ ਪੂਰੀ ਗਾਈਡੈਂਸ ਜਿਵੇਂ ਬੂਟੇ ਲਾਉਣੇ ਹੈ ਕਿਵੇਂ ਖੰਭੇ ਬਣਾਉਣੇ ਹੈ ਉਨੂੰ ਸਾਰਾ ਅਸੀਂ ਦੱਸ ਦਿਆਂਗੇ ਵੀ ਇਸ ਤਰ੍ਹਾਂ ਖੰਬੇ ਆ ਬਣਾ ਕੇ ਆਪਣੇ ਫਰਮੇ ਖੰਬੇ ਬਣਾ ਲਓ ਜੇ ਕਿਸਾਨ ਨੇ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਤਾਂ ਉਥੋਂ ਜਾਣਕਾਰੀ ਲੈਣੀ ਆ ਜਾਂ ਪਨੀਰੀ ਲੈਣੀ ਆ ਤਾਂ ਕਿ ਆਪਣਾ ਨੰਬਰ ਜ਼ਰੂਰ ਬੋਲ ਦਿਓ ਮੇਰਾ ਨੰਬਰ 97797 55413 ਪਿੰਡ ਠੁੱਲੇਵਾਲ ਜ਼ਿਲ੍ਹਾ ਬਰਨਾਲਾ ਨੇੜੇ ਨੰਗਲ ਮਰੇਕੋਟ ਤੋਂ 35 ਕਿਲੋਮੀਟਰ ਪਿੰਡ ਆਪਣਾ ਸੰਗਰੂਰ ਤੋਂ 40 ਹੈ ਬਰਨਾਲੇ ਤੋਂ 12 13 ਕਿਲੋਮੀਟਰ ਹੈ ਜੀ ਇਹ ਇੱਥੇ ਦੀ ਲੋਕੇਸ਼ਨ ਆ ਜੀ ਅਨਮੋਲ ਤੁਸੀਂ ਸਮਾਂ ਦੇ ਵਿੱਚੋਂ ਸਮਾਂ ਦਿੱਤਾ ਤੁਸੀਂ ਇੱਕ ਖੇਤੀ ਭਵਿੰਨਤਾ ਵਾਲੇ ਪਾਸੇ ਨੂੰ ਆਪਣਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਛੋਟਾ ਵੀ ਬਹੁਤ ਧੰਨਵਾਦ ਜੀ ਸ਼ਮਨਜੀਤ ਜੀ ਪੰਜਾਬ న్యూਜ਼ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢਿਆ ਤੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਂ ਇਹ ਹਨ ਠੋਲੇ ਆਲਦੇ ਕਿਸਾਨ ਹਰਬੰਤ ਸਿੰਘ ਨੇ ਜਿਨ੍ਹਾਂ ਨੇ ਖੇਤੀ ਭਵਿੰਨਤਾ ਨੂੰ ਅਪਣਾਇਆ ਤੇ ਕਾ ਲਾਹੇਬੰਦ ਜਿਹੜਾ ਵੱਡੀ ਪੱਧਰ ਤੇ ਜਿਹੜਾ ਇਹ ਮੋਟਾ ਜਿਹਾ ਮੁਨਾਫਾ ਵੀ ਮੁਨਾਫਾ ਵੀ ਲੈ ਰਹੇ ਆ ਤੇ ਇੱਕ ਵਾਰੀ ਫਿਰ ਦੁਬਾਰੇ ਦਿਖਲਤਾ ਜਾਵੇ ਇਥੇ ਡਰੈਗਨ ਫਰੂਟ ਦੇ ਫਾਰਮ ਦੇ ਵਿੱਚ ਆ ਡਰੈਗਨ ਫਰੂਟ ਨੂੰ ਸੈਂਟਰਲ ਅਮਰੀਕਾ ਦਾ ਜਿਹੜਾ ਇਹ ਫਰੂਟ ਮੰਨਿਆ ਜਾਂਦਾ ਸੈਂਟਰਲ ਅਮਰੀਕਾ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਇਹਦੀ ਜਿਹੜੀ ਲਾਗਤ ਹੁੰਦੀ ਆ ਉਥੇ ਪੈਦਾ ਹੁੰਦਾ ਤਾਂ ਕਿਹਾ ਜਾਂਦਾ ਸੀ ਕਿ ਬਾਹਰ ਦਾ ਫਲ ਆ ਬਾਹਰ ਦਾ ਜਿਹੜੀ ਇੱਕ ਬਾਹਰ ਦੀ ਖੇਤੀ ਆ ਪੰਜਾਬ ਦੇ ਵਿੱਚ ਹੋਣੀ ਨਹੀਂ ਪਰ ਵੱਡੀ ਪੱਧਰ ਤੇ ਜਿਹੜੀ ਪੰਜਾਬ ਦੇ ਵਿੱਚ ਖੇਤੀ ਆ ਜਿਹੜੀ ਉਹ ਕੀਤੀ ਜਾਂਦੀ ਆ ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿਹੜੇ ਤਰੀਕੇ ਦੇ ਨਾਲ ਇਹਰੇ ਤਰੀਕੇ ਦੇ ਨਾਲ ਇਹ ਤੋਂ ਲਾਹਾ ਲਿਆ ਜਾ ਸਕਦਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਮੋਟੀ ਜਿਹੜੀ ਕਮਾਈ ਹੈ ਡ੍ਰੈਗਨ ਦੀ ਖੇਤੀ ਤੋਂ ਕੀਤੀ ਜਾ ਸਕਦੀ ਹੈ ਇਹ ਇਮਿਊਨਿਟੀ ਬੂਸਟਰ ਇਸ ਨੂੰ ਮੰਨਿਆ ਜਾਂਦਾ ਹੈ 슈ਗਰ ਦੇ ਲਈ ਬੜਾ ਲਾਹੇਮੰਦਾ ਡ੍ਰੈਗਨ ਤਾਂ ਲੀਵਰ ਦੇ ਲਈ ਲੀਵਰ ਦੇ ਲਈ ਵੀ ਬੜਾ ਲਾਹੇਮੰਦਾ ਡ੍ਰੈਗਨ ਦਾ ਫਰੂਟ ਆ ਤਾਂ ਅਸੀਂ ਇਦਾਂ ਦੀਆਂ ਸਟੋਰੀਜ਼ ਲੈ ਕੇ ਹਾਜ਼ਰ ਹਾਜ਼ਰ ਹੁੰਦੇ ਰਹਿਵਾਂਗੇ ਜੋ ਜਾਣਕਾਰੀ ਭਰਪੂਰ ਹੁੰਦੀ ਹੈ ਨਹੀਂ ਮੈਂ ਸਿਮਰਜੀਤ ਸਿਧਾਨਾ ਕੈਮਰਾਮੈਨ ਗੁਰਸ਼ਾਨ ਦੇ ਨਾਲ ਜੁੜੇ ਰਹੋ ਪੰਜਾਬ ਨਿਊਜ਼ ਚੈਨਲ ਦੇ ਨਾਲ ਧੰਨਵਾਦ